ਪਾਈਆਂ। ਇਸ ਵੇਲੇ ਮੁਖੀਆਂ ਨੇ ਰੋਡ ਤੇ ਬੈਠੇ ਆ, ਆਪ ਜੀ ਦੇਖ ਰਹੇ ਹੋਗੇ ਇੱਥੇ ਕਾਫੀ ਜ਼ਿਆਦਾ ਸਮੱਸਿਆ ਸੀ ਪਾਣੀ ਦੀ। ਸਾਰੇ ਸ਼ੌਪਕੀਪਰ ਮਾਤਾ ਨੇ ਇਹ ਚਾਹੁੰਦੇ ਸੀ ਕਿ ਇਹ ਰਸਤਾ ਜ਼ਰੂਰ ਬਣਾਇਆ ਜਾਵੇ, ਸਭ ਵੱਡੋਂ ਤੱਕ ਟ੍ਰੈਫਿਕ ਕਿੱਥੋਂ ਦੀ ਜਾਂਦੀ ਹੈ। ਸੋ ਸਾਰੇ ਸ਼ੌਪਕੀਪਰਾਂ ਦੀ ਡਿਮਾਂਡ ਨੂੰ ਮੁੱਖ ਰੱਖ ਕੇ ਨਗਰ ਪੰਚਾਇਤ ਰਾਜਪੁਰ ਪਾਈਆਂ ਦੇ ਸਹਿਯੋਗ ਦੇ ਨਾਲ ਅਤੇ ਇਹ ਪੂਰੀ 5-7 ਦਿਨ ਦੇ ਵਿੱਚ ਪਬਲਿਕ ਨੂੰ ਬਣਾ ਕੇ ਦੇ ਦਿੱਤੀ ਜਾਊਗੀ। ਉਸ ਤੋਂ ਬਾਅਦ PWD ਦਾ ਕੰਮ ਹੈ, ਉਹ ਆਪਣਾ ਨੇਪੇ ਜਾਣਗੇ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਪਿੰਡ ਦੇ ਆਲੇ ਦੁਆਲੇ ਸੀਵਰੇਜ ਬਣਾ ਤਾ, ਕਿਤੇ ਵੀ ਕੋਈ ਮੱਛਰ ਵਗੈਰਾ ਕਿਤੇ ਦਿਖਾਈ ਨਹੀਂ ਦਊਗਾ। ਰਾਜਪੁਰ ਪਾਣੀ ਦੇ ਆਲੇ ਦੁਆਲੇ ਸਾਰੇ ਜਿੱਦਾਂ ਰੱਬ ਨੇ ਕਰਾਇਆ ਉੱਦਾਂ ਕੱਟਤਾ, ਬੰਦਾ ਕੋਈ ਕੁਛ ਕਰਨ ਜੋਗਾ ਨਹੀਂ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।